ਅਸਲਾਮ ਵਾਲੇਕਮ ਜੀ ਮੈਂ ਤੁਹਾਡਾ ਆਪਣਾ ਵੈਸ ਕੁਮਨ ਸਿਆਲਕੋਟੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖidmat ਵਿੱਚ ਹਾਜ਼ਰ ਹਾਂ ਇਹ ਰਾਗਦਾ ਪਿਆ ਤੇ ਇਹ ਕੋਲ ਘੜੇ ਪਾਣੀ ਦੇ ਪੇਣ ਉਹਨਾਂ ਘੜੇ ਇਸ ਵਾਸਤੇ ਸੜਕ ਦੇ ਕਿਨਾਰੇ ਰੱਖੇ ਨੇ ਕਿ ਕੋਈ ਪਿਆਸਾ ਨੰਗੇ ਤੇ ਜਿਵੇਂ ਅਸੀਂ ਕੂਲਰ ਲਵਾਏ ਹੁੰਦੇ ਨੇ ਜਾਂ ਕੂਲਰ ਰੱਖੇ ਹੁੰਦੇ ਨੇ ਪਾਣੀ ਵਾਸਤੇ ਇੰਜ ਉਹਨਾਂ ਆਪਣੀ ਗੰਜਾਇਸ਼ ਦੇ ਮੁਤਾਬਕ ਘੜੇ ਰੱਖੇ ਨੇ ਤਾਂ ਕਿ ਕੋਈ ਪਿਆਸਾ ਪਾਣੀ ਪੀ ਲਵੇ ਤੇ ਸਾਨੂੰ ਕੋਈ ਦੁਆ ਦੇਵੇਗਾ ਵਾ 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 ਕੀ ਬਾਤ ਹੈ ਇਹ ਹਾਸਲਪੁਰ ਤੋਂ ਬਾਬਲਪੁਰ ਜਾਈਏ ਨਾ ਤੇ ਰਾਦ ਵਿੱਚ ਇੰਜ ਦੇ ਮੰਜ਼ਰ ਨਜ਼ਰ ਆਉਂਦੇ ਨੇ ਯਾਨੀ ਕਿ ਐ ਅਲਾਕੇ ਦੇ ਮਤਲਬ ਕਿ ਉਹ ਮਕਾਨ ਸੜਕਾਂ ਉਹ ਉਹਨਾਂ ਦਾ ਜਿਹੜਾ ਮਤਲਬ ਜ਼ਹਨਿਅਤ ਹੈ ਉਹਨਾਂ ਦਾ اخلاق ਉਹਨਾਂ ਦੀ ਸੋਚ ਐ ਉਹਦੀ ਆਕਾਸੀ ਕਰਦੇ ਕਿ ਮਤਲਬ ਐਸ ਤਰ੍ਹਾਂ ਦੇ ਲੋਕ ਇਥੋਂ ਦਾ ਜ਼ਿੰਨ ਰੱਖਦੇ ਨੇ ਕਿ ਮਤਲਬ ਕਿਸੇ ਵਾਸਤੇ ਉਹ ਫਾਇਦਾ ਹੀ ਕਰਦੇ ਨੇ ਭਾਵੇਂ ਉਹ ਜਿੰਨੇ ਕਰਜੋਗਨ ਯਰ ਕਰਨਾ ਤੇ ਕਿਸੇ ਦਾ ਨਹੀਂ ਹੁੰਦਾ ਨਾ ਜਿੰਨੇ ਜੋਗਾ ਬੰਦਾ ਹੋਵੇ ਇਹ ਮੈਂ ਗੱਲ ਦੱਸਦਾ ਜਿਵੇਂ ਕਿ ਲੋਕ ਚੰਗੇ ਨੇ ਇਧਰੋਂ ਦੇ ਮਤਲਬ ਅਹਿਸਾਸ ਰੱਖਣ ਵਾਲੇ ਨੇ ਭਾਵੇਂ ਪੈਸਾ ਥੋੜਾ ਹੈ ਭਾਵੇਂ ਪੈਸਾ ਬਹੁਤ ਹੈ ਆ ਵੱਡੀਆਂ ਗੱਡੀਆਂ ਰੱਖਣ ਦੇ ਨਾਲ ਪੈਂਟਾਂ ਬੂਸਟਾਂ ਪਾਣ ਦੇ ਨਾਲ ਤੇ ਕਲੀਨ ਸ਼ੇਪਾਂ ਕਰਨ ਦੇ ਨਾਲ ਡਿਗਰੀਆਂ ਸੰਤਾਂ ਲੈਣ ਦੇ ਨਾਲ ਕੋਈ ਗੱਲ ਬੜੀ ਨਹੀਂ ਬਣ ਜਾਂਦੀ ਅਹਿਸਾਸ ਹੋਣਾ ਚਾਹੀਦਾ ਜਿਹੜਾ ਇਹਨਾਂ ਲੋਕਾਂ ਦੇ ਵਿੱਚ ਹੈ ਵੇ ਉਹ ਸਾਡੇ ਵਾਲੇ ਸਾਈਡ ਦੇ ਉੱਤੇ ਯਾਨੀ ਕਿ ਸਿਆਲਕੋਟ ਗੁਜਰਾ ਵਾਲੇ ਵਾਲੇ ਸਾਈਡ ਤੇ ਪਤਾ ਨਹੀਂ ਕਿਉਂ ਇਹ ਲੋਕਾਂ ਦਾ ਜ਼ਿਹਨ ਬਣ ਗਿਆ ਕਿ ਸਰਾਇਕੀ ਲੋਕ ਚੋਰ ਨੇ ਕਸਮ ਐਸੀ ਕੋਈ ਗੱਲ ਨਹੀਂ ਸ라 ਕਿ ਲੋਕ ਬਹੁਤ ਅੱਛੇ ਨੇ ਸਾਰੇ ਲੋਕ ਇੱਕੋ ਜਿਹੇ ਨਹੀਂ ਨਾ ਹੁੰਦੇ ਐ ਹੁਣ ਅਗਲਾ ਮੰਜ਼ਰ ਵੇਖੋ ਅਸੀਂ ਜਾਂਦੇ ਹਾਂ ਪੇ ਉਧਰ ਬਾਬਲਪੁਰ ਨੂੰ ਹਸਲਪੁਰ ਤੋਂ ਨਿਕਲ ਕੇ ਤੇ ਇੱਥੋਂ ਸਾਨੂੰ ਇੱਕ ਮੰਜ਼ਰ ਨਜ਼ਰ ਆਇਆ ਕਿ ਐ ਪਤਾ ਨਹੀਂ ਕੀ ਹੁੰਦਾ ਪਿਆ ਇੱਥੇ ਕੋਈ ਗੋਸ਼ਤ ਵਾਲਾ ਫੱਟਾ ਲਾ ਕੇ ਗੋਸ਼ਤ ਵੇਚਦਾ ਪਿਆ ਮੈਂ ਫਟਾਫਟ ਮੋਟਰਸਾਈਕਲ ਪਰਤਾ ਕੇ ਉੱਥੇ ਗਿਆ ਤੇ ਵੇਖਿਆ ਕਿ ਇਹ ਫੱਟਾ ਲਾ ਕੇ ਗੋਸ਼ਤ ਨਹੀਂ ਵੇਚਦਾ ਪਿਆ ਇਹ ਤਾਂ ਅੰਗੂਰ ਦਾ ਬਾਗ ਹੈ ਤੇ ਇਹ ਜਣਾ ਜਿਹੜਾ ਬੈਠਾ ਵੇ ਆਪਣਾ ਤਰੇਕੜੀ ਬਟਾ ਰੱਖ ਕੇ ਅੰਗੂਰ ਧੋਲਦਾ ਪਿਆ ਅੰਗੂਰ ਵੇਚਦਾ ਪਿਆ ਦੂਰੋਂ ਨਹੀਂ ਨਾ ਨਜ਼ਰ ਆਉਂਦਾ ਸਹੀ ਮਤਲਬ ਉਹ ਤੋਤਾ ਪਛਪੈਂਦੇ ਗੁਲੋਪ ਪੈਂਦੀ ਸੀ ਉਹ ਜਾ ਕੇ ਨੇੜੇ ਵੇਖਿਆ ਤੇ ਅੰਗੂਰ ਅੰਗੂਰ ਕੋ ਐਡੇ ਮਜ਼ੇਦਾਰ ਖਾਣ ਵਾਲੇ ਅੰਗੂਰ ਨਹੀਂ ਇਹ ਮਤਲਬ ਖੈਰਪੁਰੋਂ ਆਗਾ ਨੰਗੀ ਹੈ ਨਾ ਤੇ ਆਗਾ ਮਤਲਬ ਬਾਬਲਪੁਰ ਸ਼ਹਿਰ ਵੜਨ ਤੋਂ ਪਹਿਲਾਂ ਕਾਫੀ ਪਿਛੇ ਹੀ ਨਾ ਇਹ ਬਾਗ ਆਉਂਦਾ ਕੋਈ ਐਡੇ ਮਜ਼ੇਦਾਰ ਅੰਗੂਰ ਨਹੀਂ ਖਾਣ ਵਾਲੇ ਮਤਲਬ ਖੱਟੇ ਮਿੱਠੇ ਨੇ ਤੇ ਜਿਹੜੇ ਮਿੱਠੇ ਵੀ ਨੇ ਉਹਨਾਂ ਦਾ ਵੀ ਕੋਈ ਜ਼ੈਕਾ ਐਡਾ ਛਾ ਨਹੀਂ ਖੈਰ ਅੰਗੂਰ ਦਾ ਬਾਗ ਵੇਖੋ ਤੇ ਇੰਜੋਏ ਕਰੋ ਇਹ ਬਾਗ ਅੰਗੂਰ ਦਾ ਮਤਲਬ ਇੰਜ ਅੰਗੂਰ ਯੂਨਾਨ ਮਤਲਬ ਬਾਗਸਨ ਤੇ ਉੱਥੇ ਕੰਮ ਕਰਦੇ ਰਹੇ ਆ ਅਸੀਂ ਬੜਾ ਕੰਮ ਕੀਤਾ ਤੇ ਇੰਜ ਅੰਗੂਰਾਂ ਦੇ ਬਾਗ ਹੁੰਦੇ ਨੇ ਬੜਿਆ ਲੋਕਾਂ ਨੇ ਵੇਖੇ ਨੇ ਬੜਿਆ ਲੋਕਾਂ ਨੇ ਮਤਲਬ ਕੰਮ ਵੀ ਕੀਤਾ ਵੇਦਵੇ ਜੋ ਹੀ ਮੰਜ਼ਰ ਬਦਲਿਆ ਤੇ ਵੇਖਿਆ ਕਿ ਇਧਰ ਡਾਚੀਆਂ ਆ ਗਈਆਂ ਨੇ ਹਾਂਜੀ ਇਹ ਮਤਲਬ ਉਠਾ ਲੈ ਜਨਾਬ ਜਾ ਰਹੇ ਨੇ ਆਪਣੀਆਂ ਡਾਚੀਆਂ ਲੈ ਕੇ ਉਹ ਕਿੱਡਾ ਸੋਹਣਾ ਮੰਜ਼ਰ ਹੈ ਲੇਕਿਨ ਨਜ਼ਰ ਤੇ ਤਾਂ ਆਇਆ ਜਦੋਂ ਘਰੋਂ ਨਿਕਲੇ ਐਸੇ ਤਰ੍ਹਾਂ ਜਦੋਂ ਅਗਾ ਨਿਕਲੇ ਤੇ ਇਸ ਤਰ੍ਹਾਂ ਵੇਖਿਆ ਜਨਾਬ ਸੜਕ ਦੇ ਕਿਨਾਰੇ ਨਿੱਕੀ ਜੀ ਇੱਕ ਮਸਜਿਦ ਬਣਾਈ ਉਹਨਾਂ ਵਿਰਾਗੀਰ ਆਉਂਦੇ ਜਾਂਦੇ ਇੱਥੇ ਨਮਾਜ਼ ਅਦਾ ਕਰ ਲੈਣ ਸੁਭਾਨ ਅੱਲਾ ਮਾਸ਼ਾ ਅੱਲਾ ਸਾਡੇ ਸਿਆਲਕੋਟ ਐਂ ਦਾ ਮੰਜ਼ਰ ਨਹੀਂ ਮਤਲਬ ਕਿ ਨਜ਼ਰ ਆਇਆ ਨਾ ਦਿਲ ਹੈ ਸੀ ਕਿ ਮਜ਼ੀਦ ਐਂ ਦੀਆਂ ਚੀਜ਼ਾਂ ਕਵਰ ਕਰਾਂ ਵੇਖੋ ਨਾ ਨੇਚਰਲ ਬਿਊਟੀ ਮਤਲਬ ਕੁਦਰਤੀ ਖੂਬਸੂਰਤੀ ਵਾ 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 ਫਾਬੀ ਯਾ ਲਾ ਰਬਿਕ ਮਾਤੁ ਕਜ਼ਬਾਨ ਦੇ ਲੈ ਅਸੀ ਕਿ مزید ਆਈਂਦੀਆਂ ਹੋਰ ਵੀਡੀਓ ਬਣਾ ਕੇ ਤੇ ਅਪਡੇਟ ਕਰਾਂ ਤੇ ਮਵਾ ਤੁਹਾਡੇ ਕੋਲ ਸ਼ੇਅਰ ਕਰਾਂ ਲੇਕਿਨ ਉਹ ਬੈਟਰੀ ਮੁੱਕ ਗਈ ਐ ਇਸ ਵਾਸਤੇ ਮਿਲਨੇ ਇੱਕ ਨਵੀਂ ਵੀਡੀਓ ਦੇ ਨਾਲ ਇਜਾਜ਼ਤ ਦਿਓ ਅੱਲਾਹ